हां जी किसान वीरो सत श्री अकाल आज ਦਾ ਵੀਡੀਓ ਜਿਹੜਾ ਹੈ ਬਰਡ ਗrafting ਦੇ ਉੱਪਰ ਹੈ ਹਾਂ ਤੁਸੀਂ ਪੱਤੇ ਦੇ ਨਾਲ ਜਿਹੜੀ ਲਾਲ ਜੀ ਚੀਜ਼ ਥੋੜੀ ਜਿਹੀ ਉਗਦੀ ਹੋਈ ਦੇਖ ਰਹੇ ਹੋ ਆਹਾਂ ਇਹ ਜਿਹੜਾ ਹੈ ਇਹ ਬਰਡ ਹੈ ਇਹ ਇਸਪੀਡ ਤੇ ਇੱਥੇ ਨਵੀਂ ਟਾਣੀ ਉੱਗੇਗੀ ਨਵੀਂ ਡਾਲ ਉੱਗੇਗੀ ਜਿਸ ਨੂੰ ਕਿ ਆਪਾਂ ਕਿਸੇ ਹੋਰ ਦੂਜੇ ਬੂਟੇ ਤੇ ਅਗਰ ਪਲਾਂਟ ਕਰ ਦੇਾਂਗੇ ਤਾਂ ਉੱਥੋਂ ਇੱਕ ਨਵਾਂ ਰੁੱਖ ਜੋ ਕਿ ਏਸੇ ਦੀ ਨਸਲ ਦਾ ਕਿਸਮ ਦਾ ਹੋਏਗਾ ਆਪਾਂ ਉਹਨੂੰ ਬਣਾ ਸਕਦੇ ਹਾਂ ਇਹ ਮਸ਼ਤੂਤ ਦੀ ਟਾਣੀ ਲਈ ਹੈ ਜੀ ਵੀਰੋ ਆਪਾਂ ਕਾਲਜ ਸ਼ਤੂਤ ਨੇ ਕਲਾ ਤੂਤ ਆਪਾਂ ਇਹਨੂੰ ਜੇ ਆਪਾਂ ਕਿਸੇ ਹੋਰ ਤੇ ਗraft ਕਰ ਦਈਏ ਤਾਂ ਉਸ ਰੁੱਖ ਤੇ ਜਿੱਦਾਂ ਕਿ ਚਿੱਟਾ ਤੂਤ ਹੈ ਆਪਾਂ ਉਹਨੂੰ ਚਾਹਦੇ ਆਂ ਵੀ ਇੱਕ ਪਾਸੇ ਕਾਲੇ ਲੱਗਣ ਤੇ ਇੱਕ ਪਾਸੇ ਚਿੱਟੇ ਲੱਗਣ ਤੇ ਆਪਾਂ ਇਹ ਕਾਲੇ ਵਾਲੇ ਦੀ ਜਿਹੜੀ ਬੱਡ ਇੱਥੋਂ ਦੀ ਲੈ ਕੇ ਤੇ ਆਪਾਂ ਉਹਦੇ ਵਿੱਚ ਗraft ਕਰ ਦੇਾਂਗੇ ਤੇ ਉਹਨੂੰ ਕਾਲੇ ਵੀ ਲੱਗਣ ਲੱਗ ਜਾਣਗੇ ਇਹ ਹੁੰਦੀ ਹੈ ਵੀਰੋ ਬੱਡ ਗraftਿੰਗ ਪਹਿਲਾਂ ਤਾਂ ਤੁਹਾਨੂੰ ਗraftਿੰਗ ਦੇ ਮੈਂ ਸਾਰੇ ਜਿਹੜੀ ਇਹ ਜਾਣਕਾਰੀ ਦੇਣਾ ਵੀ ਗraftਿੰਗ ਜਿਹੜੀ ਹੈ ਉਹ ਕਿਉਂ ਆਪਾਂ ਕੀਤੀ ਜਾਂਦੀ ਹੈ ਆਪਣੇ ਮਨ ਚਾਹੇ ਫਲ ਲੈਣ ਦੇ ਲਈ ਆਪਾਂ ਗ੍ਰਾਫਟਿੰਗ ਕਰਦੇ ਆਂ ਜਾਂ ਇੱਕ ਕੁਆਲਿਟੀ ਦਾ ਜਿਹੜਾ ਬੂਟਾ ਹੈ ਆਪਾਂ ਨੂੰ ਕਿਸੇ ਬੂਟੇ ਦੀ ਕੁਆਲਿਟੀ ਬੜੀ ਪਸੰਦ ਆ ਵੀ ਉਹਨੂੰ ਬੜਾ ਵਧੀਆ ਫਲ ਲੱਗਦਾ ਹੈ ਤੇ ਆਪਾਂ ਉਹ ਉਹ ਜਿਹੜਾ ਫਲ ਲੈਣ ਦੇ ਲਈ ਆਪਾਂ ਇਹ ਗ੍ਰਾਫਟਿੰਗ ਕਰਦੇ ਆਂ ਆ ਦੇਖੋ ਨਵਾਂ ਬੱਡ ਵੀ ਰੋਗ ਦਾ ਫਿਰ ਮੈਂ ਕੈਮਰੇ ਦਾ ਫੋਕਸ ਕਰਕੇ ਦੋ ਹੁਣ ਆ ਲਾਲ ਜਿਹੜਾ ਦਿਖ ਰਿਹਾ ਆ ਉੱਪਰ ਕੈਮਰੇ ਦਾ ਫੋਕਸ ਇੱਥੇ ਆ ਨਹੀਂ ਰਿਹਾ ਇਸ ਲਈ ਦੋ ਮਿੰਟ ਹਾਂਜੀ ਆ ਦੇਖੋ ਆ ਜਿਹੜਾ ਬੱਡ ਹੈ ਆਪਾਂ ਇਹਨੂੰ ਬੱਡ ਨੂੰ ਆਪਾਂ ਨੇ ਲੈ ਲੈਣਾ ਹੈ ਤੇ ਦੂਜੇ ਬੂਟੇ ਤੇ ਗraft ਕਰ ਦੇਣਾ ਹੈ ਆ ਮੈਂ ਇਥੋਂ ਤੋੜਿਆ ਆ ਇੱਕ ਬੱਡ ਦੇ ਉੱਪਰੋਂ ਪੱਤਾ ਤੋੜਨ ਦਾ ਗਲਤ ਤਰੀਕਾ ਹੈ ਆਪਾਂ ਜਦ ਵੀ ਇੱਕ ਬੱਡ ਲੈਣਾ ਹੈ ਤਾਂ ਉਹਦੇ ਆਪਾਂ ਨੇ ਕਿਦਾਂ ਤੋੜਨਾ ਹੈ ਉਹਦੀ ਜਾਣਕਾਰੀ ਮੈਂ ਦੇਣਾ ਦੇਖੋ ਤੁਸੀਂ ਆਹ ਟਾਣੀ ਲੈ ਲਈ ਹਟਾਣ ਪੱਤੇ ਦੀ ਡੰਡੀ ਇਹਨੂੰ ਡੰਡੇ ਨੂੰ ਸਾਈਡ ਨੂੰ ਮੋੜਨਾ ਹੈ ਇਹ ਜੇ ਟੰਡੀ ਨੂੰ ਜਦੋਂ ਸਾਈਡ ਨੂੰ ਮੋੜ ਕੇ ਖਿੱਚੋਗੇ ਮੇਰਾ ਇੱਕ ਹੱਥ ਨਾਲ ਮੈਂ ਇਹਨੂੰ ਕਰ ਨਹੀਂ ਪਾ ਰਿਹਾ ਇਹ ਆ ਦੇਖੋ ਹੁਣ ਆਹਾਂ ਵਾੜਾ ਇਹ ਥੋੜੀ ਇਹ ਗਲਤ ਤਰੀਕਾ ਤੋੜਨ ਦਾ ਆਪਾਂ ਆਟਾਂ ਨੂੰ ਫੜ ਲਿਆ ਇਹਨੂੰ ਇੱਥੋਂ ਐ ਸਾਈਡ ਵੱਲੋਂ ਟੇਢਾ ਕਰਨਾ ਹੈ ਆਹ ਸਹੀ ਤਰੀਕਾ ਹੈ ਇਹਦੇ ਛੋਣ ਥੱਲੇ ਉਹਦੀ ਪੇਟੋਲ ਰਹਿ ਗਈ ਨਹੀਂ ਤਾਂ ਆਪਾਂ ਕੀ ਕਰ ਸਕਦੇ ਆ ਆਪਣੇ ਕੋਲ ਚਾਕੂ ਜਿਹੜੇ ਨੇ ਬਹੁਤ ਤਿੱਖੇ ਹੋਣੇ ਚਾਹੀਦੇ ਨੇ ਸੈਨੀਟਾਈਜ਼ ਹੋਣੇ ਚਾਹੀਦੇ ਬਹੁਤ ਤੇਜ਼ ਧਾਰ ਚਾਕੂ ਹੈ ਇਹ ਆਹ ਰਾਮਪੂਰੀ ਚਾਕੂ ਵੀਰੋ ਤੇ ਆ ਵੀ ਰਾਮਪੂਰੀ ਹੈ ਸਾਡ ਹਰ ਬਰਡ ਕ્રાਫਟਰ ਦੇ ਲਈ ਆਟਾ ਜਿਹੜਾ ਹੈ ਨਾਈਫ ਯੂਜ਼ ਹੁੰਦਾ ਛੋਟਿਆਂ ਦੇ ਲਈ ਆਹ ਛੋਟਾ ਯੂਜ਼ ਹੁੰਦਾ ਹੈ ਆਪਾਂ ਹੁਣੇ ਤੁਹਾਨੂੰ ਇਹ ਤੇ ਲਾਈਵ ਮੈਂ ਕਰਕੇ ਦਿਖਾਣਾ ਕਿ ਕਿੱਦਾਂ ਕਰਨਾ ਆਪਾਂ ਪਹਿਲਾਂ ਬੱਡ ਦੀ ਤਿਆਰੀ ਦੀ ਸਮਝ ਲਈਏ ਕਿ ਆਹ ਥੱਲੇ ਨਾਲ ਦੇ ਲੀਫ ਦੀ ਐਡੀ ਕਡੰਡੀ ਮਾੜੀ ਜੀ ਰਹਿਣੀ ਚਾਹੀਦੀ ਹੈ ਆਪਾਂ 1/2 ਇੰਚ ਇੱਥੋਂ ਇੰਨੇ ਨਾਲ ਡੰਡੀ ਰਹਿਣੀ ਚਾਹੀਦੀ ਹੈ ਉਹ ਆਪਾਂ ਨੂੰ ਬੱਡ ਨੂੰ ਹੋਲਡ ਲਈ ਕਰਨ ਲਈ ਸੈਟਿੰਗ ਕਰਨ ਲਈ ਕੰਮ ਆਉਂਦੀ ਹੈ ਇੰਨੇ ਤੁਸੀਂ ਛੱਡ ਸਕਦੇ ਹੋ ਹੁਣ ਮੈਂ ਦੱਸਦਾ ਵੀ ਆਪਾਂ ਇਹਨੂੰ ਕੱਟ ਨਹੀਂ ਕਿੱਦਾਂ ਆਪਾਂ ਜਦੋਂ ਕੋਈ ਬੱਡ ਕੱਟਣਾ ਹੈ ਉਹਦੇ ਤੋਂ 5mm ਯਾਨੀ ਕਿ ਆਂਗਲ ਜਿੰਨਾ ਪੋਟੇ ਜਿੰਨਾ ਥੱਲੇ ਆਪਾਂ ਥਾਂ ਖਾਲੀ ਛੱਡ ਲੈਣੀ ਹੈ ਆ ਦੇਖੋ ਤੁਸੀਂ ਕੈਮਰੇ 'ਚ ਤੁਹਾਨੂੰ ਦਿਖ ਰਿਹਾ ਹੁਣ ਆਪਾਂ ਇੰਨੀ ਥਾਂ ਖਾਲੀ ਛੱਡ ਕੇ ਤੇ ਇੱਥੇ ਕੱਟ ਮਾਰਨਾ ਹੈ ਪਹਿਲਾਂ 45 ਡਿਗਰੀ ਦੇ ਐਂਗਲ ਦਾ ਇਹ ਆ ਥੱਲੇ ਕੱਟ ਮਾਰਤਾ ਆਪਾਂ ਨੇ ਇਹਦੇ ਇਹ ਕੱਟ ਨੂੰ ਥੋੜਾ ਜਿਹਾ ਮੈਂ ਡੂੰਘਾ ਲੈ ਜਾਣਾ ਚਾਹ ਰਿਹਾ ਹੋ ਗਿਆ ਹੁਣ ਇੱਧੋਂ ਆਪਾਂ ਉੱਪਰੋਂ ਇੱਥੋਂ ਸ਼ੁਰੂ ਕਰਨਾ ਹੈ ਜਦੋਂ ਇਹਨੂੰ ਕੱਟ ਮਾਰਨਾ ਹੈ ਆਪਾਂ ਆ ਦੇਖੋ ਹਾਂ ਮੇਕਥਨਲ ਪ੍ਰੈਸ਼ਰ ਨਹੀਂ ਪਾ ਪ ਰਿਹਾ ਆ ਆਪਣਾ ਬੜਾ ਨਿਕਲ ਆਇਆ ਬੜਾ ਵਧੀਆ ਸਹੀ ਸਲਾਮਤ ਹੁਣ ਇਹਦੇ ਵਿੱਚ ਦੇਖੋ ਆਹ ਜਿਹੜੀ ਆਪਾਂ ਤਾਜ਼ਾ ਕੱਟੇ ਹਨ ਇਹਦੀ ਆਹ ਬਾਰਕ ਹੈ ਬਾਹਰਲੀ ਇਹਨੂੰ ਬਾਰਕ ਕਹਿੰਦੇ ਆਹ ਬਰੀਕ ਜਿਹੜੀ ਦਿਖ ਰਹੀ ਹੈ ਹਰੀ-ਹਰੀ ਦੇ ਨਾਲ ਇਹਦੇ ਥੱਲੇ ਇਹ ਕੈਂਬੀਅਮ ਲੇਅਰ ਹੈ ਇਹ ਕੈਂਬਮ ਲੇਅਰ ਨਾਲ ਲੇਅਰ ਤੁਸੀਂ ਮੈਚ ਕਰਨੀ ਸਿੱਖ ਗਏ ਤਾਂ ਤੁਹਾਡੀ ਗਰਾਫਟਿੰਗ ਜਿਹੜੀ ਹੈ ਸਕਸੈਸਫੁਲ ਹੋ ਜਾਣੀ ਹੈ ਇਹ ਲੇਰਾਂ ਦੇ ਉੱਪਰ ਵੀ ਮੈਂ ਇੱਕ ਵੀਡੀਓ ਬਣਾਵਾਂਗਾ ਉਹਦੀ ਜਾਣਕਾਰੀ ਤੁਹਾਨੂੰ ਬਾਅਦ ਚ ਦੇਵਾਂਗਾ ਫਿਲਹਾਲ ਆਪਾਂ ਆਹ ਇੱਕ ਬੱਡ ਕੱਟ ਲਿਆ ਹੁਣ ਮੰਨ ਲਓ ਇਹਨੂੰ ਆਪਾਂ ਕਿਸੇ ਦੂਜੇ ਬੂਟੇ ਤੇ ਲਾਉਣਾ ਆਹ ਟਾਂਹ ਮੈਂ ਛੁੱਟ ਦੇਣਾ ਉਹ ਥੱਲੇ ਦੂਜੀ ਟਾਂਹ ਚੱਕਦਾ ਹਾਂ ਸਮਝ ਲਓ ਹੁਣ ਆਹ ਰੁੱਖ ਲੱਗਿਆ ਹੋਇਆ ਇਹ ਚਿੱਟੇ ਦਾ ਚਿੱਟੇ ਸਟੂਡ ਦੀ ਡਾਲਾ ਸਮਝ ਲਓ ਆ ਆਪਣਾ ਪਾਟ ਆਪਾਂ ਨੇ ਇਹਦੇ ਪਿਛਲੇ ਪਾਸੇ ਆਪਾਂ ਉਂਗਲਾਂ ਨਾਲ ਟੱਚ ਨਹੀਂ ਕਰਨਾ ਜੇ ਟੱਚ ਕਰਨਾ ਤਾਂ ਸੈਨੀਟਾਈਜ਼ਰ ਦੇ ਨਾਲ ਤੁਹਾਡੇ ਹੱਥ ਵਧੀਆ ਸੈਨੀਟਾਈਜ਼ ਕੀਤੇ ਹੋਣੇ ਚਾਹੀਦੇ ਨੇ ਆ ਮੇਰੇ ਕੋਲ 70% ਐਲਕੋਹਲ ਵਾਲਾ ਸੈਨੀਟਾਈਜ਼ਰ ਹੈ ਇਹਦੇ ਨਾਲ ਸਾਰੇ ਮੈਂ ਸੰਦ ਵੀ ਆਪਣੇ ਜਿਹੜੇ ਨੇ ਸੈਨੀਟਾਈਜ਼ ਕਰਦਾ ਹਾਂ ਆ ਮੇਰੇ ਟੂਲਸ ਪਏ ਨੇ ਸਾਰੇ ਇਹ ਸਾਰੇ ਟੂਲ ਜਿਹੜੇ ਨੇ ਇਹ ਸੈਨੀਟਾਈਜ਼ਰ ਦੇ ਨਾਲ ਸੈਨੀਟਾਈਜ਼ ਕੀਤੇ ਹੁੰਦੇ ਨੇ ਹੁਣ ਆਪਾਂ ਨੇ ਇੱਥੋਂ ਕੀ ਕਰਨਾ ਹੈ ਮੰਨ ਲਓ ਆਪਾਂ ਇੱਥੇ ਗrafting ਕਰਨੀ ਆ ਇੱਕ ਬੱਡ ਆ ਦੂਜਾ ਬੱਡ ਦੇ ਵਿਚਾਲੇ ਇੱਥੇ ਆ ਜਿਹੜੀ ਖਾਲੀ ਥਾਂ ਹੈ ਆਪਾਂ ਇੱਥੇ ਇਹਦੀ ਜਗ੍ਹਾ ਬਣਾਵਾਂਗੇ ਆ ਦੇਖੋ ਵੀਰੋ ਮੈਂ ਕੱਟ ਮਾਰ ਕੇ ਇੱਥੇ ਆਹ ਦੇ ਲਈ ਜਗ੍ਹਾ ਬਣਾ ਲਈ ਆਪਣੇ ਬਾੜ ਦੇ ਲਈ ਆਪਾਂ ਇਹਨੂੰ ਕੱਟ ਕੇ ਆਹ ਜਿਹੜਾ ਪੀਸ ਕੱਟਿਆ ਇਹ ਬਾਹਰ ਛੁੱਟਦੇ ਨਾ ਆਪਾਂ ਨੇ ਤੇ ਆਹ ਜਿਹੜਾ ਬਾੜ ਆਪਾਂ ਨੇ ਕੱਟ ਕੇ ਰੱਖਿਆ ਸੀ ਇਹਨੂੰ ਆਪਾਂ ਨੇ ਲੈ ਲੈਨੇ ਇਹ ਅੰਦਰਲਾ ਪਾਸਾ ਇਹ ਰੱਖਣ ਦੇਖਦੇ ਆਪਾਂ ਇਹਨੂੰ ਇਹਦੇ ਵਿੱਚ ਸੈੱਟ ਕਰ ਦੇਣਾ ਜੇ ਇਹਦੀ ਲੰਬਾਈ ਘਟਵਾ ਦ ਪੈ ਰਹੀ ਹੈ ਤਾਂ ਆਪਾਂ ਇਹਦੀ ਜਿਹੜੀ ਲੰਬਾਈ ਹੈ ਐਡਜਸਟ ਕਰ ਲੈਣੀ ਹੈ ਉਹਦੇ ਹਿਸਾਬ ਇਹਦੀ ਲੰਬਾਈ ਜਿਹੜੀ ਆਪਾਂ ਨੇ ਕੱਟਵੀ ਥੋੜੀ ਜਿਹੀ ਲੰਬੇ ਕਰ ਲੈਣੀ ਹੈ ਆ ਵੀਰੋ ਆਪਾਂ ਨੇ ਇਹਦੀ ਲੰਬਾਈ ਉਹਦੇ ਲੰਬਾਈ ਦੇ ਹਿਸਾਬ ਨਾਲ ਵੱਡਦੇ ਹਿਸਾਬ ਨਾਲ ਆਪਾਂ ਐਡਜਸਟ ਕਰ ਲਈ। ਇਹ ਵੱਡ ਲੈ ਕੇ ਆਪਾਂ ਨੇ ਹੁਣ ਇਹਦੇ ਵਿੱਚ ਇਹਦੇ ਵਿੱਚ ਆਪਾਂ ਇੱਥੋਂ ਇਹ ਇਹਦੇ ਵਿੱਚ ਐਡਜਸਟ ਕਰਦੇ ਨੇ। ਆਪਾਂ ਨੇ ਇਹਨੂੰ ਸੈਂਟਰ 'ਚ ਨਹੀਂ ਲੈਣਾ। ਆਪਾਂ ਨੇ ਇੱਕ ਸਾਈਡ ਦੀ ਲੇਅਰ ਇਹਦੀ ਮੈਚ ਕਰਨੀ ਹੈ ਜਾਂ ਇਧਰਲੇ ਪਾਸੇ ਕਰ ਲਓ ਜਾਂ ਉਧਰਲੇ ਪਾਸੇ ਕਰ ਲਓ। ਆਪਾਂ ਨੇ ਇਧਰਲੇ ਪਾਸੇ ਦੀ ਇੱਕ ਪਾਸੇ ਦੀ ਮੈਚ ਕਰਾਂਗੇ ਉਹ ਦੂਜੇ ਪਾਸੇ ਆ ਦੇਖ ਸਕਦੇ ਹੋ ਤੁਸੀਂ ਕਿ ਦੂਜਾ ਪਾਸਾ ਖਾਲੀ ਛੱਡਿਆ ਹੋਇਆ ਹੈ। ਉੱਥੋਂ ਜਿਹੜੀ ਕੈਂਬੀਅਮ ਲੇਅਰ ਸਾਈਡ ਤੇ ਜਾ ਰਹੀ ਹੈ। ਇਹ ਹਾਂ ਦੇਖੋ ਸਾਈਡ ਤੇ ਜਾ ਰਹੀ ਹੈ ਬਸ ਇਹਨੂੰ ਆਪਾਂ ਨੇ ਏਕਨ ਐਡਜਸਟ ਕਰਕੇ ਤੇ ਇਹਦੇ ਉੱਪਰੋਂ ਦੀ ਆਪਾਂ ਨੇ ਇਹਨੂੰ ਪੋਲੀਥੀਨ ਦੇ ਨਾਲ ਆਪਾਂ ਪੋਲੀਥੀਨ ਕੱਟ ਕੇ ਰੱਖਣੀ ਲਫਾਫਾ ਉਨੀ ਚੌੜੀ ਇੰਚ ਚੌੜੀ ਆ ਪੱਟੀ ਆਪਾਂ ਬਣਾ ਲੈਣੀ ਉਹਦੇ ਨਾਲ ਆਪਾਂ ਨੇ ਇਹਨੂੰ ਟਾਈ ਅਪ ਕਰ ਦੇਣਾ ਲਪੇਟ ਦੇਣਾ ਉਹ ਵੀ ਮੈਂ ਤੁਹਾਨੂੰ ਲਪੇਟ ਕੇ ਹੋਰ ਦੱਸਦਾ ਹਾਂ ਆ ਦੇਖੋ ਵੀਰੋ ਆਪਾਂ ਨੇ ਇਦਾਂ ਇਹਨੂੰ ਜਿਹੜਾ ਹੈ ਕਰ ਲੈਣਾ ਸੈਟ ਵੱਡ ਨੂੰ ਇਹਦੇ ਵਿੱਚ ਸਿਕਯੂਰ ਹੋ ਗਿਆ ਵੱਡ ਤੇ ਆਪਾਂ ਇਹਨੂੰ ਬੰਨ੍ਹ ਦੇਣਾ ਆਹ ਦੇਖ ਵੀਰ ਆਪਾਂ ਨੇ ਬੱਡ ਨੂੰ ਇੱਥੇ ਪੋਲੀਥੀਨ ਦੇ ਨਾਲ ਬੰਨ ਲਿਆ। ਇਹ ਸੀ ਬੱਡ ਗrafting ਦਾ ਪਹਿਲਾ ਮੈਥਡ। ਹੁਣ ਇੱਕ ਦੂਜਾ ਮੈਥਡ ਹੈ ਇਹਦਾ ਸੀ ਆਪਾਂ ਨੇ ਕੱਟ ਮਾਰ ਕੇ ਜਿਹੜਾ ਉਹਦੇ ਵਿੱਚ ਫਸਾਇਆ ਬੱਡ ਓਕਣ। ਹੁਣ ਇੱਕ ਹੈਗਾ T ਬੱਡ ਗrafting। ਉਹਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇਣਾ। T ਬੱਡ ਗrafting ਕਿੱਦਾਂ ਕਰੀਦੀ ਹੈ? ਹਾਂਜੀ ਆਹ ਦੇਖ ਵੀਰ ਜਿੱਦਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਬੱਡ ਆਪਾਂ ਨੇ ਕੱਢ ਕੇ ਆਰਡਰ ਰੱਖ ਲਿਆ। ਆਹ T ਬੱਡ ਦੇ ਲਈ ਆਪਾਂ ਨੇ ਪਹਿਲਾਂ ਇੱਕ T ਦਾ ਕੱਟ ਲਾਣਾ ਪੇੜ ਦੇ। ਰੁੱਖ ਤੇ ਆਹ T ਦੀ ਉੱਪਰੋਂ ਇੱਕ T ਬਣਾਈ ਥੱਲੇ ਆਹ ਖੋਲਤਾ ਫਿਰ ਇਹਨੂੰ ਮੈਂ ਜਿਹੜਾ ਆਈਕਨ ਕਰਕੇ ਆ ਦੇਖੋ ਆਈਕਨ ਮੈਂ ਇਹਦੇ ਚ ਕੱਟ ਮਾਰਦੇ ਇੱਥੋਂ ਆ ਖੋਲ ਦਿੱਤਾ ਆ ਦੇਖ ਸਕਦੇ ਹੋ ਇੱਥੋਂ ਆ ਖੁੱਲ ਗਿਆ ਇਧਰੋਂ ਆ ਪਾਸਿਓਂ ਖੁੱਲ ਗਿਆ ਨਿੰਬੂ ਦੇ ਬੂਟਿਆਂ ਨੂੰ ਜ਼ਿਆਦਾਤਰ ਟੀ ਬਰਡ ਗrafting ਜੇ ਨਿੰਬੂ ਵਰਗੇ ਜਿਹੜਾ ਬੂਟਾ ਉਹਦੇ ਤੇ ਟੀ ਬਰਡ ਗrafting ਜਿਹੜੀ ਹੈ ਬਹੁਤ ਵਧੀਆ ਸੈਕਸੈਸਫੁਲ ਕਾਮਯਾਬ ਰਹਿੰਦੀ ਹੈ ਸੇਪ ਤੇ ਵੀ ਬਰਡ ਗrafting ਹੋਰ ਫਰਵਰੀ ਦੇ ਮਹੀਨੇ ਦੇ ਵਿੱਚ ਬਹੁਤ ਵਧੀਆ ਕਾਮਯਾਬ ਰਹਿੰਦੀ ਹੈ ਫਰਵਰੀ ਦੇ ਮਹੀਨੇ 'ਚ ਗrafting ਕਰੋ ਬਰਡ ਗrafting ਜਦੋਂ ਵੀ ਕਰਨੀ ਹੈ 1 ਫਰਵਰੀ ਤੋਂ ਲੈ ਕੇ ਜਿਹੜਾ ਤੁਸੀਂ ਜਦ ਤੱਕ ਬੂਟੇ ਡੋਰਮੈਂਟ ਨੇ ਉਦੋਂ ਤੱਕ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਇਦਾਂ ਇਹਨੂੰ ਐਡਜਸਟ ਕਰਦੇ ਹਾਂ ਜੇ ਇਹਦੇ ਪਿੱਛੇ ਲੀਫ ਪੈਟਿਓਲ ਥੋੜੀ ਜਿਹੀ ਛੱਡੀ ਹੁੰਦੀ ਤਾਂ ਆਪਾਂ ਉਹਦੇ ਨਾਲ ਇਹਨੂੰ ਐਡਜਸਟ ਕਰ ਸਕਦੇ ਸੀ ਆਪਾਂ ਨੇ ਵੱਡਾ ਬੜਾ ਧਿਆਨ ਰੱਖਣਾ ਜਦੋਂ ਗ੍ਰਾਫਟਿੰਗ ਇਦਾਂ ਆਪਾਂ ਕਰਨੀ ਹੈ ਸੈਟਿੰਗ ਇੱਥੋਂ ਫੜ ਕੇ ਆਪਾਂ ਇਹਨੂੰ ਥੱਲੇ ਖਿੱਚ ਦੇਣਾ ਆਪਾਂ ਇਹਨੂੰ ਐ ਐਡਜਸਟ ਕਰਦੇ ਨੇ ਬਰਡੇ ਦੇ ਵਿੱਚ ਸਿਕਿਉਰ ਹੋ ਗਏ ਹੁਣ ਆਪਾਂ ਨੇ ਕੀ ਕਰਨਾ ਜਿੱਦਾਂ ਪਹਿਲਾਂ ਆਪਾਂ ਪੋਲੀਥੀਨ ਦੇ ਨਾਲ ਉਹਨੂੰ ਬੰਨਿਆ ਸੀ ਸੇਮ ਉਸੇ ਤਰੀਕੇ ਨਾਲ ਆਪਾਂ ਇਹਨੂੰ ਵੀ ਪੋਲੀ ਆ ਦੇਖੋ ਇਹ ਜਿਹੜਾ ਬੱਡਾ ਇਦਾਂ ਉਹਦੇ ਵਿੱਚ ਸਿਕਿਉਰ ਕਰ ਦਿੱਤੇ ਆਪਾਂ ਨੇ ਫਸਾ ਦਿੱਤੇ ਆ ਆ ਦੇਖੋ ਧਿਆਨ ਨਾਲ ਜ਼ੂਮ ਕਰਕੇ ਨੇੜੇ ਕਰਕੇ ਦਿਖਾ ਰਹੇ ਹਾਂ ਹਉ ਦਾ ਥਰਡਾਈਸ ਆ ਇੱਥੋਂ ਇਹਦੇ ਵਿੱਚ ਆ ਗਿਆ ਉੱਪਰੋਂ ਇੱਥੋਂ ਕਵਰ ਹੋ ਗਿਆ ਉੱਪਰੋਂ ਜਿਹੜਾ ਆਪਾਂ ਇੱਥੋਂ ਇਹਨੂੰ ਐਮ ਬੰਨ੍ਹ ਦੇਾਂਗੇ ਮੈਂ ਬੰਨ੍ਹ ਕੇ ਹੋਣੇ ਤੁਹਾਨੂੰ ਦਿਖਾਣਾ ਹਾਂਜੀ ਵੀਰੋ ਆ ਦੇਖੋ ਇੱਕਨ ਆਪਾਂ ਨੇ ਆ ਜਿਹੜਾ ਵੱਡਾ ਹੈ ਇਹਨੂੰ ਇਹਦੇ ਨਾਲ ਆਪਾਂ ਅਟੈਚ ਕਰ ਦਿੱਤਾ ਬੰਨ੍ਹ ਦਿੱਤਾ ਇੱਥੇ ਪੋਲੀਥੀਨ ਦੇ ਨਾਲ ਕੋਈ ਵੀ ਘਰੇਲੂ ਪੋਲੀਥੀਨ ਲੈ ਸਕਦੇ ਹੋ ਜ਼ਰੂਰੀ ਨਹੀਂ ਕ੍ਰਾਫਟਿੰਗ ਟੇਪ ਵੀ ਲੈਣੀ ਹੈ ਆਪਾਂ ਮੈਂ ਹੁਣੇ ਤੁਹਾਡੇ ਸਾਹਮਣੇ ਪੋਲੀਥੀਨ ਜਿਹੜਾ ਹੈ ਉਹੀ ਯੂਜ਼ ਕੀਤਾ ਹੈ ਤੁਸੀਂ ਧਿਆਨ ਨਾਲ ਦੇਖੋ ਆ ਦੇਖੋ ਮੈਂ ਵੱਡ ਨੂੰ ਸਿਰਫ ਜਿਹੜਾ ਉਹਦੇ ਵਿੱਚੋਂ ਖੁੱਲਾ ਰਹਿਣ ਦਿੱਤਾ ਹੈ ਬਾਕੀ ਆਲੇ-ਦੋਲੇ ਚੰਗੀ ਤਰ੍ਹਾਂ ਲਪੇਟਦਾ ਤੇ ਪੋਲੀਥੀਨ ਨਾਲ ਹੀ ਗੱਟ ਬੰਨ੍ਹਦੀ ਹੈ ਜਿਆਦਾ ਜ਼ੋਰ ਦੀ ਪ੍ਰੈਸ਼ਰ ਵੀ ਨਹੀਂ ਦੇਣਾ ਵੀ ਉਹਦੇ ਟਿਸ਼ੂਜ਼ ਜਿਹੜੇ ਨੇ ਡੈਮੇਜ ਹੋ ਜਾਣ ਠੀਕ ਠੀਕ ਪ੍ਰੈਸ਼ਰ ਰਹਿਣਾ ਚਾਹੀਦਾ ਨਾ ਜ਼ਿਆਦਾ ਨਾ ਘੱਟ ਤੇ ਇਹ ਤਾਂ ਜੀ ਵੱਢ ਦੇ ਬੱਡ ਗrafting ਦੇ ਉੱਪਰ ਹੁਣ ਤੁਸੀਂ ਮੰਨ ਲਓ ਤੁਹਾਡੇ ਤੁਸੀਂ ਦੇਖ ਰਹੇ ਹੋ ਕਿ ਕਿਸੇ ਬੂਟੇ ਤੇ ਬੱਡ ਨਹੀਂ ਆ ਰਹੇ ਤੁਸੀਂ ਬੱਡ ਇੰਡਿਊਸ ਕਰਨਾ ਹੈ ਮੰਨ ਲਓ ਤੁਸੀਂ ਜੂਨ ਜੁਲਾਈ ਦੇ ਵਿੱਚ ਗrafting ਕਰਨੀ ਚਾਹੁੰਦੇ ਹੋ ਪਰ ਇਹ ਗrafting ਜਿਹੜੀ ਹੈ ਠੰਡੇ ਮੌਸਮਾਂ ਵਿੱਚ ਹੀ ਕਾਮਯਾਬ ਹੁੰਦੀ ਹੈ ਜਦੋਂ ਕਿ ਟੈਂਪਰੇਚਰ ਜਿਹੜਾ 21 ਡਿਗਰੀ ਤੋਂ ਲੈ ਕੇ 29 30 32 ਡਿਗਰੀ ਤੱਕ ਮੈਕਸਿਮ ਚੱਲਦਾ ਹੈ 32 ਡਿਗਰੀ ਤੋਂ 35 32 ਡਿਗਰੀ ਤੋਂ ਉੱਪਰ ਤਾਪਮਾਨ ਜਾਏਗਾ ਤਾਂ ਤੁਹਾਨੂੰ ਉਹਦੇ ਉੱਪਰ ਜਿਹੜਾ ਹੈ ਜਿੱਥੇ ਤੁਸੀਂ ਗਰਾਫਟ ਕੀਤੀ ਹੈ ਇਦੋਂ ਉਹਦੇ ਉੱਪਰੋਂ ਦੀ ਇੱਥੋਂ ਐ ਕੱਟ ਲਾ ਦਿਓ ਐ ਕੱਟ ਮਾਰ ਦਿਓ ਤੇ ਇੱਥੋਂ ਉੱਪਰੋਂ ਇਹਦੇ ਵਿੱਚ ਜਿਹੜਾ ਐਨਵੈਲਪ ਚੜਾ ਦਿਓ ਜਿਹੜਾ ਖਾਕੀ ਲਫਾਫਾ ਜਿਹੜਾ ਹੁੰਦਾ ਹੈ ਉਹ ਉੱਪਰ ਚੜਾ ਦਿਓ ਤਾਂ ਕਿ ਇਹਦੇ ਉੱਪਰ ਗਰਮੀ ਧੁੱਪ ਸੀ ਹੀਟ ਦਾ ਸੇਕ ਦਾ ਅਸਰ ਨਾ ਰਹੇ ਤੁਸੀਂ ਪੋਲੀਥੀਨ ਦਾ ਜਿਹੜਾ ਆਪਣਾ ਅਖਬਾਰ ਦਾ ਕਾਗਜ਼ ਅਖਬਾਰ ਵੀ ਇਹਦੇ ਆਲੇ ਦੋਲੇ ਐ ਰੈਪ ਕਰਕੇ ਤੇ ਉੱਪਰੋਂ ਫਿਰ ਲਫਾਫਾ ਕੋਈ ਛੜਾ ਕੇ ਤੁਸੀਂ ਰੱਖ ਸਕਦੇ ਹੋ ਉਸ ਤਰ੍ਹਾਂ ਵੀ ਕਰ ਸਕਦੇ ਹੋ ਜੇ ਤੁਹਾਨੂੰ ਐਨਵੈਲਪ ਨਹੀਂ ਅਵੇਲੇਬਲ ਹੈਗਾ ਤਾਂ ਤੁਸੀਂ ਜਿਹੜਾ ਫੋਇਲ ਪੇਪਰ ਹੁੰਦਾ ਹੈ ਜਿਹਦੇ 'ਚ ਆਪਣੇ 버ਗਰ ਵਗੈਰਾ ਲਪੇਟੇ ਜਾਂਦੇ ਨੇ ਉਹ ਫੋਇਲ ਪਲੇਪ ਪੇਪਰ ਵੀ ਇਹਦੇ ਥੋੜਾ ਖੁੱਲਾ-ਖੁੱਲਾ ਛੱਡ ਕੇ ਤੇ ਇਹਨੂੰ ਲਪੇਟ ਸਕਦੇ ਹੋ ਤੇ ਪਹਿਲਾਂ 1 ਮਹੀਨਾ ਥੋੜਾ ਇਹਦੀ ਗਾਰਡਿੰਗ ਕਰਨ ਦੀ ਤੁਹਾਨੂੰ ਲੋੜ ਹੈ 15 ਦਿਨ ਬਾਅਦ ਤੁਸੀਂ ਇੱਕ ਵਾਰ ਖੋਲ ਕੇ ਜ਼ਰੂਰ ਦੇਖ ਲੈਣਾ ਕਿ ਗ੍ਰਾਫਟ ਚੱਲੀ ਜਾਂ ਨਹੀਂ ਗ੍ਰਾਫਟ ਚੱਲੀ ਦੀ ਨਿਸ਼ਾਨੀ ਹੁੰਦੀ ਹੈ ਜਿਹਦੇ ਮੰਨ ਲਓ ਆ ਤੁਸੀਂ ਗ੍ਰਾਫਟ ਕੀਤੀ ਹੈ ਤਾਂ ਆ ਜਦੋਂ ਲੀਫ ਪਟੇਲ ਨੂੰ ਤੁਸੀਂ ਹੱਥ ਲਾਉਂਗੇ ਆਪਣੇ ਇਹ ਜਦੋਂ ਮਾੜਾ ਜਿਹਾ ਹੱਥ ਲਾਇਆ ਤਾਂ ਇਹਨੇ ਟਿੱਕ ਦੀ ਆਵਾਜ਼ ਕੀਤੀ ਮਾੜਾ ਜਿਹਾ ਹੱਥ ਲਾਇਆ ਤੇ ਆਰਾਮ ਨਾਲ ਛੱਡ ਦੇਣਾ ਤੇ ਬੱਡ ਥੋੜਾ ਥੋੜੀ ਜਿਹੀ ਗਰੋਥ ਦਿਖਾਊਗਾ ਉੱਥੇ ਮਤਲਬ ਤੁਹਾਡਾ ਬੱਡ ਚੱਲ ਗਿਆ ਔਰ ਬੱਡ ਚੱਲੇ ਦੀ ਨਿਸ਼ਾਨੀ ਇਹ ਵੀ ਹੈ ਕਿ ਆ ਜਿੱਥੇ ਆ ਕੱਟ ਲੱਗਿਆ ਹੋਇਆ ਹੈ ਇਹ ਆ ਦੇਖੋ ਇੱਥੇ ਤੁਹਾਨੂੰ ਜ਼ਖਮ ਖਰੀਨਡ ਪਰੇ ਹੋਏ ਦਾ ਨਿਸ਼ਾਨ ਵੀ ਦਿਖਾਈ ਦੇਗਾ ਜਿੱਦਾਂ ਆਪਣੇ ਛੱਟ ਲੱਗਦੀ ਹੈ ਖਰੀਨਡ ਆ ਜਾਂਦਾ ਉਹ ਭਰ ਜਾਂਦਾ ਹੈ ਜ਼ਖਮ ਉਸੇ ਤਰ੍ਹਾਂ ਕੋਈ ਜੋੜ ਜਿੱਥੋਂ ਜੁੜਦਾ ਹੈ ਇੱਥੇ ਰੁੱਖ ਦੇ ਵੀ ਜੋੜ ਉਹ ਪਰਿਆ ਹੋਇਆ ਤੁਹਾਨੂੰ ਦਿਖਾਈ ਦੇਗਾ ਇਸ ਤਰੀਕੇ ਦੇ ਨਾਲ ਇਹ ਜਿਹੜੀ ਗrafting ਹੁੰਦੀ ਹੈ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਆਪਾਂ ਬੱਡ ਇੰਡਿਊਸ ਕਿਦਾਂ ਕਰਨਾ ਹੈ ਜੇ ਸਾਡੇ ਬੂਟੇ ਤੇ ਬਡਿੰਗ ਨਹੀਂ ਹੋ ਰਹੀ ਕਿਸੇ ਬੂਟੇ ਤੋਂ ਆਪਾਂ ਬੱਡ ਚਾਹਨੇ ਆਂ ਵੀ ਬੱਡ ਗrafting ਕਰਨੀ ਤੇ ਉਹ ਤੇ ਬੱਡ ਨਹੀਂ ਹੋ ਰਹੀ ਤਾਂ ਆਪਾਂ ਕੀ ਕਰਾਂਗੇ ਆਪਾਂ 15 ਦਿਨ ਪਹਿਲਾਂ ਗrafting ਕਰਨ ਤੋਂ ਜਾਂ 10 ਦਿਨ ਪਹਿਲਾਂ ਹਫਤਾ ਪਹਿਲਾਂ ਹਰ ਬੂਟੇ ਜਿੱਦਾਂ ਤੁਹਾਨੂੰ ਧਿਆਨ ਰੱਖਣਾ ਪੈਣਾ ਅੰਗੂਰ ਦੀ ਜਿਹੜੀ ਹੈ 7-8 ਦਿਨਾਂ ਨੂੰ ਬੱਡ ਫੁੱਟਣੇ ਸ਼ੁਰੂ ਹੋ ਜਾਂਦੇ ਤੁਸੀਂ ਉਹਨੂੰ ਅੱਗੇ ਉਹ ਮੂਹਰੇ ਆਉਂਦੀ ਐ ਕੱਟ ਮਾਰ ਲਾ ਦੇਵੋਗੇ ਹੁਣ ਜਿੱਥੋਂ ਕੱਟ ਲੱਗੇ ਇਹਦੇ ਜਿਹੜੇ 1.5-2 ਫ ਤੇ ਉਹ ਫਿਰ ਤੁਸੀਂ ਬੱਡ ਲੈ ਕੇ ਤੇ ਆਪਣੇ ਬੂਟੇ ਨੂੰ ਜਿਹਨੂੰ ਫਲ ਨਹੀਂ ਲੱਗਦਾ ਉਹਨੂੰ ਤੁਸੀਂ ਉਹ ਬੱਡ ਲਾ ਕੇ ਗrafting ਕਰ ਸਕਦੇ ਹੋ ਤੇ ਆਪਣੇ ਬੂਟੇ ਨੂੰ ਫਲਦਾਰ ਬਣਾ ਸਕਦੇ ਹੋ ਇੱਕ ਵੀਰੋ ਬੇਨਤੀ ਇਹ ਹੈ ਵੀ ਤੁਹਾਡੇ ਵੀ ਜਿਹੜਾ ਬੂਟਾ ਲੱਗਿਆ ਹੋਇਆ ਉਹਨੂੰ 2 ਸਾਲ 3 ਸਾਲ ਫਲ ਨਹੀਂ ਲੱਗਦੇ ਲਿਆ ਕੇ ਉਹਨੂੰ ਬੈਡ ਗrafting ਕਰਦੇ ਹੋ ਨਹੀਂ ਤਾਂ ਕਲਿਫਟ ਗrafting ਕਰਦੇ ਹੋ ਦੂਜੀਆਂ ਗrafting ਦੀ ਜਾਣਕਾਰੀ ਮੈਂ ਅਗਲੀ ਵੀਡੀਓਜ਼ ਦੇਵਾਂਗਾ ਨਹੀਂ ਤਾਂ ਵੀਡੀਓ ਬਹੁਤ ਲੰਮੇ ਹੋ ਜਾਣਗੇ ਮੇਰੇ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕੋਈ ਗਲਤੀ ਰਹੀ ਹੋਵੇ ਤਾਂ ਬੋਲ ਚੁੱਕਦੇ ਮਾਫੀ ਕਰਨਾ ਤੇ ਕਮੈਂਟਾਂ ਵਿੱਚ ਦੱਸੋ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਹੋਵੇ ਤਾਂ ਮੈਂ ਨੈਕਸਟ ਵੀਡੀਓਜ਼ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਗੋਲਡਨ ਹੋਰਾ ਚੈਨਲ ਫਾਰਮਿੰਗ ਤੇ ਧੰਨਵਾਦ